ਆਪਾਂ ਲਾਸਟ ਵੀਕ ਕੀਤਾ, ਲਾਸਟ ਕਲਾਸ 'ਚ, ਸੌਰੀ, ਮੰਡੇ ਟਿਊਜ਼ਡੇ। ਸੋ ਕਿਉਂ ਮੰਦਾ ਆਖੀਏ, ਗੁਰੂ ਨਾਨਕ ਦੇਵ ਜੀ ਦੀ ਰਚਨਾ ਜੋ ਆਸਾ ਦੀ ਵਾਰ 'ਚੋਂ ਲਈ ਗਈ ਹੈ। ਇੱਕ ਆਪਾਂ ਵਾਰਤਕ ਲਈ ਕੀਤਾ ਘਰ ਦਾ ਪਿਆਰ। ਆਪਾਂ ਘਰ ਦਾ ਪਿਆਰ ਅਜੇ ਵਨ ਮਾਰਕ ਕੁਸ਼ਚਨ ਰਿਵਾਈਜ਼ ਕਰਨ ਵਾਲੇ ਰਹਿੰਦੇ ਸੀ, ਆਪਾਂ ਥੋੜ੍ਹਾ ਜਿਹਾ ਰੀਡ ਕੀਤਾ ਸੀ, ਠੀਕ ਹੈ। ਹੁਣ ਸਾਰੇ ਵਨ ਮਾਰਕ ਕੁਸ਼ਚਨ ਨੋਟ ਕਰਨਾ, ਕਿਉਂਕਿ ਤੁਹਾਨੂੰ ਜਿਹੜਾ ਸੈਕਿੰਡ ਵੀਜ਼ਾ ਟੈਸਟ ਹੈ ਉਹ ਵੀ ਗੂਗਲ ਫਾਰਮ 'ਚ ਹੀ ਆਉਣਾ। ਚਾਰ ਚੈਪਟਰ ਆਉਣੇ ਆ ਉਹਦੇ ਵਿੱਚ, ਦੋ ਰਚਨਾਵਾਂ ਕਾਵਿ ਰਚਨਾਵਾਂ, ਦੋ ਵਾਰਤਕ ਲੇਖ ਤੇ ਗੱਗਾ ਤੇ ਘੱਗਾ ਭਾਗ ਮੁਹਾਵਰੇ, ਸਮਾਸੀ ਸ਼ਬਦ ਜੋ ਤੁਸੀਂ ਆਪਣੀ ਪ੍ਰੈਕਟਿਸ ਨਾਲ ਕਰਦੇ ਹੋ, ਸਾਰੀਆਂ ਕਿਸਮਾਂ ਨੂੰ ਫੋਕਸ ਕਰਕੇ, ਠੀਕ ਹੈ। ਮੇਨ ਲਰਨ ਕੀ ਕਰਨਾ ਹੈ, ਗੱਗਾ ਤੇ ਘੱਗਾ ਭਾਗ ਮੁਹਾਵਰੇ ਤੁਸੀਂ ਅੱਛੀ ਤਰ੍ਹਾਂ ਲਰਨ ਕਰਨੇ ਹਨ, ਠੀਕ ਹੈ। ਹੁਣ ਆਪਾਂ ਗੱਲ ਕਰੀਏ, ਕਿਰਪਾ ਕਰਕੇ ਬਖਸ਼ ਲਿਓ, ਪਹਿਲੇ ਗੁਰੂ ਸਾਹਿਬ ਨਾਲ ਰਿਲੇਟਡ ਕੁਐਸਚਨਸ ਨੋਟ ਕਰੋ। ਗੁਰੂ ਅਮਰਦਾਸ ਜੀ ਦੀ ਰਚਨਾ, ਸਿੱਖਾਂ ਦੇ ਤੀਸਰੇ ਗੁਰੂ, ਨੋਟ ਕਰੋ ਬੇਟੇ, ਸਿੱਖਾਂ ਦੇ ਤੀਸਰੇ ਗੁਰੂ ਗੁਰੂ ਅਮਰਦਾਸ ਜੀ, ਜਨਮ 1479 ਈਸਵੀ ਵਿੱਚ। 1469 ਵਿੱਚ ਕਿਸਦਾ ਹੋਇਆ ਸੀ? 1469 ਈਸਵੀ ਵਿੱਚ ਕਿਸਦਾ ਜਨਮ ਹੋਇਆ? ਗੁਰੂ ਨਾਨਕ ਦੇਵ ਜੀ ਦਾ। ਤੇ 1479 ਵਿੱਚ ਕਿਸਦਾ ਹੋਇਆ? ਗੁਰੂ ਅਮਰਦਾਸ ਜੀ ਦਾ। ਕਿੱਥੇ ਹੋਇਆ? ਪਿੰਡ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ, ਨੋਟ ਕਰੋ ਬੇਟੇ, ਪਿੰਡ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ। ਨੈਕਸਟ ਕੁਸ਼ਚਨ ਬੇਟੇ, ਰਚਨਾ ਦਾ ਫਰੰਟ ਪੇਜ ਨਿਕਾਲੋ ਨਾ ਤੁਸੀਂ, ਉਹਦੇ ਸਾਰੇ ਕੁਸ਼ਚਨ ਦੇ ਆਂਸਰ ਦਿੱਤੇ ਹੋਏ ਆ। ਪਿਤਾ ਦਾ ਨਾਮ ਤੇਜਭਾਨ, ਨੋਟ ਕਰੋ, ਪਿਤਾ ਦਾ ਨਾਮ ਤੇਜਭਾਨ ਗੁਰੂ ਅਮਰਦਾਸ ਜੀ ਦੇ। ਮਾਤਾ ਦਾ ਨਾਮ ਲੱਖੋ ਜੀ, ਮਾਤਾ ਦਾ ਨਾਮ ਲੱਖੋ ਜੀ। ਕਿਹੜੇ ਘਰਾਣੇ 'ਚ ਪੈਦਾ ਹੋਏ ਆ? ਭੱਲਾ ਘਰਾਣੇ ਵਿੱਚ। ਕਿਹੜੇ ਘਰਾਣੇ ਵਿੱਚ? ਭੱਲਾ ਘਰਾਣੇ ਵਿੱਚ ਪੈਦਾ ਹੋਏ ਨੇ, ਠੀਕ ਹੈ। ਘਰਾਣਾ ਮੀਨਸ ਖਾਨਦਾਨ। ਵੰਸ਼ ਕਿਹੜੇ 'ਚ ਪੈਦਾ ਹੋਏ? ਭੱਲਾ ਵੰਸ਼ ਵਿੱਚ, ਠੀਕ ਹੈ। ਨੈਕਸਟ, ਚਾਰ ਪੁੱਤਰ, ਦੋ ਪੁੱਤਰ ਸਨ, ਉਹ ਸੌਰੀ, ਉਹਨਾਂ ਦੇ ਚਾਰ ਬੱਚੇ ਸਨ, ਦੋ ਪੁੱਤਰ ਮੋਹਨ ਜੀ ਤੇ ਮੋਰੀ ਜੀ, ਦੋ ਬੇਟੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ, ਜਿਹੜੇ ਬੀਬੀ ਭਾਨੀ ਜੀ ਅੱਗੇ ਜਾ ਕੇ ਗੁਰੂ ਰਾਮਦਾਸ ਜੀ ਦੀ ਸੁਪਤਨੀ ਹੋਏ ਆ, ਚੌਥੇ ਗੁਰੂ ਦੇ, ਕਿਉਂਕਿ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਲਈ ਵਰ ਲੱਭਿਆ ਸੀ, ਭਾਈ ਜੇਠਾ ਜੀ ਗੁਰੂ ਰਾਮਦਾਸ ਜੀ। ਦੁਬਾਰਾ ਸੁਣ ਲਓ, ਮੋਹਨ ਦਾਸ ਜੀ ਤੇ ਮੋਰੀ ਜੀ, ਮੋਹਨ ਜੀ ਤੇ ਮੋਰੀ ਜੀ ਪੁੱਤਰ ਨੇ। ਪਿਤਾ ਦਾ ਨਾਮ ਤੇਜਪਾਨ, ਮਾਤਾ ਦਾ ਨਾਮ ਲੱਖੋ ਜੀ, ਜਨਮ 1479 ਈਸਵੀ ਵਿੱਚ, ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ। ਕਿਉਂਕਿ ਗੁਰੂ ਸਾਹਿਬਾਨ ਨਾਲ ਰਿਲੇਟਡ ਕੁਸ਼ਚਨ ਵੀ ਆਉਣੇ ਹਨ, 79, ਠੀਕ ਹੈ। ਔਰ ਜੀਵਨ ਕਾਲ ਕਿੰਨਾ? 1574। ਜੀਵਨ ਕਾਲ, ਜੋਤੀ ਜੋਤ ਸਮਾਉਣ ਦਾ ਸਮਾਂ 16 ਸਤੰਬਰ 1574, ਤੇ ਗੁਰੂ ਨਾਨਕ ਦੇਵ ਜੀ ਦਾ ਕੀ ਸੀ? 1469 ਤੋਂ 1539, 39। ਇਹ ਕਿਹੜਾ ਜੀਵਨ ਕਾਲ ਹੈ ਗੁਰੂ ਅਮਰਦਾਸ ਜੀ ਦਾ? 1479 ਤੋਂ 1574। ਪਿਤਾ ਦਾ ਨਾਮ, ਪਿਤਾ ਦਾ ਨਾਮ ਤੇਜਭਾਨ, ਮਾਤਾ ਦਾ ਨਾਮ ਲੱਖੋ ਜੀ, ਪੁੱਤਰਾਂ ਦੇ ਨਾਮ ਮੋਹਨ ਜੀ ਤੇ ਮੋਰੀ ਜੀ, ਬੇਟੀਆਂ ਦੇ ਨਾਮ ਬੀਬੀ ਦਾਨੀ ਜੀ, ਬੀਬੀ ਭਾਨੀ ਜੀ, ਠੀਕ ਹੈ। ਨੈਕਸਟ, ਕਿਹੜੇ ਘਰਾਣੇ 'ਚ? ਭੱਲਾ ਘਰਾਣੇ ਵਿੱਚ। ਨੈਕਸਟ, ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ 'ਚ ਬਾਣੀ ਰਚੀ ਹੈ? 17 ਰਾਗਾਂ ਵਿੱਚ। ਕੁੱਲ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ? 31 ਰਾਗਾਂ ਦੇ ਵਿੱਚੋਂ ਕਿੰਨੇ ਰਾਗਾਂ ਵਿੱਚ? 17 ਰਾਗਾਂ ਦੀ ਬਾਣੀ ਦਾ ਜੈ ਪ੍ਰਸਿੱਧ ਬਾਣੀ ਆਨੰਦ ਸਾਹਿਬ, ਜਿਹਦਾ ਆਪਾਂ ਰੋਜ਼ ਪਾਠ ਸਵੇਰੇ ਸ਼ਾਮ ਕਰਦੇ ਹਾਂ, ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਜਿਵੇਂ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਬਾਣੀ ਜਪਜੀ ਸਾਹਿਬ ਆਸਾ ਦੀ ਵਾਰ, ਗੁਰੂ ਅਰਜਨ ਦੇਵ ਜੀ ਦੀ ਸੁਖਮਨੀ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਆਨੰਦ ਸਾਹਿਬ। ਜੋਤੀ ਜੋਤ ਕਿੱਥੇ ਸਮਾਏ ਨੇ? ਗੋਇੰਦਵਾਲ ਸਾਹਿਬ, ਕਿਉਂਕਿ ਉਹਨਾਂ ਨੇ ਗੋਇੰਦਵਾਲ ਸਾਹਿਬ ਕੀ ਗੋਇੰਦਵਾਲ ਨਗਰ ਹੀ ਵਸਾਇਆ ਹੈ, ਬੋਲੀ ਤਿਆਰ ਕਰਵਾਈ ਹੈ, ਠੀਕ ਹੈ। ਜਨਮ ਕਿੱਥੇ ਹੋਇਆ? ਪਿੰਡ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ। ਗੁਰਗੱਦੀ ਕਦੋਂ ਪ੍ਰਾਪਤ ਹੋਈ? 1500। ਆਲਰੇਡੀ ਆਪਾਂ ਸਾਰੇ ਕੁਸ਼ਚਨ ਪਹਿਲਾਂ ਵੀ ਕਲਾਸ ਵਿੱਚ ਰਿਵਾਈਜ਼ ਕੀਤੇ ਹੋਏ, ਠੀਕ ਹੈ ਬੱਚੇ, ਕਲੀਅਰ ਹੈ ਇੱਥੋਂ ਤੱਕ ਗੁਰੂ ਸਾਹਿਬ ਨਾਲ ਰਿਲੇਟਡ? ਹੁਣ ਆਪਾਂ ਗੱਲ ਕਰੀਏ
रचना दे बारे कृपा करके बख्श लियो। टाइटल है कृपा करके बख्श लियो। गुरबानी है, शब्द है, किदे चो लिया गया ये शब्द? श्लोक 12 तो वधीक। किदे चो लेगी रचना? श्लोक, नोट करो, श्लोक 12 तो वधीक विचो ले गई है ये शब्द, जिदे विच गुरु साहिब ने दास की भावना विच अपने आप नूं रख के परमात्मा अगे की कीती है? बेनती कीती, अरजोई कीती है। असी पापी जीव, बड़े पाप करने वाले हाँ, साढ़े पापा नूं बख्श दिता जावे, अपने नाल मिला लिया जावे, ते जेड़े परमात्मा का नाम जपते ने ध्यानदे ने उन्हां दी संसार विच जय जयकार हुंदी। हुण आपां इक इक वर्ड का मीनिंग समझिए। ये तो सी इहदा केंद्री भाव, कृपा करके बख्श लो। केंद्रीय भाव आपां करना नहीं क्योंकि सबजैक्टिव तो आना ही नहीं है, फिर किदे ते फोकस करना है? एक एक वर्ड दे मीनिंग ते। हुण असी तो की भाव है उत्थे की ऑप्शन आनी? संसारक जीव। असी तो भाव, असी तो भाव है जीव जंतु, मनुख, संसारक जीव। संसारक जीव कला मनुख भी नहीं, संसारक जीव सारे ही आ जाने ओ। खत्ते का की भाव है? भुल, पाप, अपराध, गुनाह, चार लिख लो, कोई भी इन्हां चो आ गया वो ऑप्शन है। ये नहीं है जरूरी कि पाप ही लिखा होएगा। मनुख की बिरती कही जी है? मनुख की बिरती क्यों जी है? पाप करने वाली, भुला करने वाली, अपराध करने वाली, गुनाह करने वाली। समझ आ गई? अगे है असी खत्ते बहुत कमाम दे, कमाम दे दा की अत्या कित्ते हन। बहुत मीन्स बहुत अनगिनत पाप, किच अंत न पारावार। पारावार मीन्स कोई अंत नहीं, बेशुमार भुला कितिया जाने अनजाने च। एक एक वर्ड दे मीनिंग ते फोकस करो ता आने है क्वेश्चन आंसर। ये नहीं है कि सीधे स्ट्रेट वे क्वेश्चन आ जाने कोई भी वर्ड दा मीनिंग। हर कृपा करके बख्श लियो हो पापी बड़गुनगार, गुनहगार। हर दा मतलब परमात्मा, ठीक है। कृपा दा मतलब, कृपा दा मतलब मेहर है, दया है, खुशी है, मेहर। मेहर की बोलते हैं, कृपा दा मतलब मेहर। परमात्मा साडे ते की करे ते साडे पापा नूं माफ कर देवे। बख्श लियो हो पापी बडगुनगार, बड दा मतलब वड्डे, बहुत वड्डे। गुनागार मीन्स पाप करने वाले, अपराध करने वाले। हंकारे होए, हंकारे हो मीन्स हंकार विच आए हुए पापी आ सी। क्लियर है बेटे? हुण अगे की कहंदे आ? है हौमित, हंकार। हर जीव लेखे वार ना आवे। लेखे मीन्स हिसाब किताब, साडे किते कर्म अनुसार साडी वारी तो आनी बहुत ही मुश्किल है। तू बख्श मिलावनहार, परमात्मा की है मिलावनहार है, बख्शनहार है। परमात्मा की है बख्शनहार, ओदे विच परमात्मा रखनहार है, पालनहार है, बख्शनहार है, मिलावनहार है। इहदे विचों अलग अलग आ जाए कोई होर ऑप्शन इरेलेवेंट दित्ते ने उत्तों हटके, यह गुण ने परमात्मा दे। पालनहार भी है पर इस लैसन दे अकॉर्डिंग परमात्मा बख्शनहार ते मिलावनहार। मनुख की है गुनागार, परमात्मा की है बख्शनहार, ठीक है। डैश आ जाती है मनुख, मनुख डैश है, परमात्मा डैश है। उत्थे पेयर दिता होया, जे पहला आ गया गुना, जे पहला आ गया गुनागार, दूजा आ गया बख्शन, वो नहीं बनना। जे पहला आ गया गुनागार, दूजा गया बख्शो, ओ वाला पेयर चुनना। हाँ दोनों ही आने, अलग अलग फिर थले दिता होगा सस्ता भाग च, उड़ा ते इड़ी जा उड़ा ते ऐड़ा, ठीक है। समझ आ गई? नेक्स्ट, गुर तुठे हर प्रभ मेले आ। तुठे का मतलब है प्रसन्न, तुठे का मतलब है प्रसन्न। परमात्मा जिस उत्ते गुरु प्रसन्न हो जावे परमात्मा नाल मिला दिंदा है। प्रसन्न भी आ सकता है गुरु जिस उत्ते कृपा कर दे, जिस उत्ते प्रसन्न हो जावे, जिस उत्ते मेहरबान हो जावे। कौन? गुरु। गुरु की है एक जरिया है,
ਕਿਸ ਨਾਲ ਮਿਲਾਂਦਾ? ਪਰਮਾਤਮਾ ਨਾਲ ਮਿਲਾਂਦਾ। ਗੁਰ ਟੁੱਟੇ ਹਰ ਪ੍ਰਭ ਮੇਲਿਆ, ਕਿਹਦੇ ਨਾਲ ਮਿਲਾ ਦਿੰਦਾ ਹੈ? ਗੁਰੂ ਪਰਮਾਤਮਾ ਨਾਲ। ਹਰੀ ਸ਼ਬਦ ਕਿਹਦੇ ਲਈ ਹੈ? ਪਰਮਾਤਮਾ ਲਈ। ਹਰ ਦਾ ਮਤਲਬ ਪਰਮਾਤਮਾ। ਅਸੀਂ ਹਰ ਦੇ ਅੱਗੇ ਅਰਦਾਸ ਕਰਦੇ ਹਾਂ, ਹਰੀ ਦੇ ਅੱਗੇ, ਪਰਮਾਤਮਾ ਦੇ ਅੱਗੇ। ਅੱਛਾ, ਤੁਸੀਂ ਹਿੰਦੀ ਵਰਡ ਨਹੀਂ ਯੂਜ਼ ਕਰਨਾ, ਭਗਵਾਨ ਵਰਡ ਨਹੀਂ ਲਿਖਣਾ, ਪਰਮਾਤਮਾ ਵਰਡ ਹੀ ਲਿਖਣਾ, ਠੀਕ ਹੈ? ਨਹੀਂ, ਵਰਡ ਸਾਰੇ ਠੀਕ ਹੈ, ਪਰ ਪੰਜਾਬੀ ਚ ਪਰਟੀਕੁਲਰ ਵਰਡ ਕੀ ਆਉਂਦਾ? ਪਰਮਾਤਮਾ ਜਾਂ ਰੱਬ। ਰੱਬ ਅੱਗੇ ਕਿਲਵਿਕ। ਕਿਲਵਿਕ ਦਾ ਕੀ ਮਤਲਬ ਹੈ? ਪਾਪ। ਵਿਕਾਰ ਦਾ ਕੀ ਮਤਲਬ ਹੈ? ਕਿਲਵਿਕ ਕੱਟ ਵਿਕਾਰ। ਵਿਕਾਰ ਮੀਨ ਸਾਡੇ ਸਾਰੇ ਦੋਸ਼, ਕਾਮ, ਕ੍ਰੋਧ। ਕਿਹੜੇ ਕਿਹੜੇ ਵਿਕਾਰ ਨੇ ਸਾਡੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪੰਜ ਵਿਕਾਰ ਨੇ ਜਿਹੜੇ ਮਨੁੱਖ ਨੂੰ ਘੇਰੀ ਬੈਠੇ ਨੇ, ਜਿਹਨਾਂ ਦੇ ਜੰਜਾਲ ਵਿੱਚ ਫਸ ਕੇ ਮਨੁੱਖ ਆਪਣੇ ਮਕਸਦ ਨੂੰ ਭੁੱਲ ਜਾਂਦਾ ਤੇ ਲਾਲਸਾਵਾਂ ਦੇ ਚੱਕਰ ਚ ਫਸ ਜਾਂਦਾ। ਇਹੀ ਕਹਿੰਦੇ ਨਾ, ਤਾਂ ਹੀ ਮਨ ਤੇ ਕਾਬੂ ਨਹੀਂ ਰਹਿੰਦਾ। ਐਵੇਂ ਥੋੜੀ ਉਹ ਲੇਖ ਬਣੇ ਨੇ, ਮਨ ਜਿੱਤੇ ਜਗਦੀਤ ਮਿੱਠਰ ਨੀਵੀ ਨਾਨਕਾ ਗੁੰਜ ਗਿਆਈਆਂ ਤੱਤ। ਆਪਾਂ ਅਗਲੀ ਟਰਮ ਚ ਕਰਨੇ ਹਨ ਸਾਰੇ ਲੇਖ। ਪੰਜ ਵਿਕਾਰ ਨੇ ਕਾਮ, ਕ੍ਰੋਧ, ਮੋਹ, ਹੰਕਾਰ, ਜਿਹਨਾਂ ਹਰ ਹਰ ਨਾਮ ਤੇ ਆਇਆ ਨਾਨਕ ਤਿੰਨ ਜੈਕਾਰ। ਜਿਹੜੇ ਹਰੀ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੀ ਇਸ ਸੰਸਾਰ ਵਿੱਚ ਕੀ ਹੁੰਦੀ ਹੈ? ਜੈ ਜੈਕਾਰ ਹੁੰਦੀ। ਉਹਨਾਂ ਨੂੰ ਵਡਿਆਈ ਮਿਲਦੀ ਹੈ, ਸ਼ੋਭਾ ਮਿਲਦੀ ਹੈ। ਆਪਸ਼ਨ ਆ ਸਕਦੇ, ਉਹ ਭੁੱਲ ਜਾਂਦੇ ਹਨ, ਉਹ ਚੇਤੇ ਰਹਿੰਦੇ ਹਨ। ਕੀ ਆਉਣਾ? ਵਡਿਆਈ ਮਿਲਦੀ ਹੈ। ਜੇ ਵਡਿਆਈ ਆਪਸ਼ਨ ਹੈ, ਵਡਿਆਈ, ਜੇ ਜੈ ਜੈਕਾਰ ਆਏ ਤਾਂ ਜੈ ਜੈਕਾਰ। ਕਿੰਨਾ ਦੀ ਜੈ ਜੈਕਾਰ ਹੁੰਦੀ ਹੈ? ਜਿਹੜੇ ਪਰਮਾਤਮਾ ਦਾ, ਜਿਹੜੇ ਪਰਮਾਤਮਾ ਨੂੰ ਭੁੱਲ ਜਾਂਦੇ ਨੇ, ਜਿਹੜੇ ਪਰਮਾਤਮਾ ਦੇ ਨੇੜੇ ਹੁੰਦੇ ਨੇ, ਨਾਮ ਜਪਦੇ ਨੇ, ਪਰਮਾਤਮਾ ਦੇ ਨਾਮ ਜਪਦੇ ਨੇ। ਨਾਮ ਜਪਣਾ ਜਿਹੜਾ ਲੈਸਨ ਦੇ ਅਕੋਰਡਿੰਗ, ਜਾਂ ਜਿਹੜੇ ਲੋਕਾਂ ਦਾ ਨੂੰ ਸੁੱਖ ਦਿੰਦੇ ਨੇ, ਜਾਂ ਆਪ ਸੁੱਖਾਂ ਨੂੰ ਮੰਨਦੇ ਨੇ, ਨਹੀਂ, ਸਿਰਫ ਜਿਹੜੇ ਪਰਮਾਤਮਾ ਦਾ ਨਾਮ ਤੇ ਆਉਂਦੇ ਨੇ। ਇਹ ਅਸੀਂ ਤੁਹਾਡੀ ਰਚਨਾ ਕਿਰਪਾ ਕਰਕੇ ਬਖਸ਼ ਲਿਓ। ਹੁਣ ਆਪਾਂ ਗੱਲ ਕਰੀਏ ਬੋਲੀ ਵਾਰਤਕ ਲੇਖ। ਪਹਿਲਾਂ ਆਪਾਂ ਘਰ ਦਾ ਪਿਆਰ ਦੇ ਪਹਿਲੇ ਵਨ ਮਾਰਕ ਕੁਸ਼ਚਨ ਨੋਟ ਕਰੋ, ਜਿਹੜੇ ਆਪਣੇ ਉਸ ਦਿਨ ਕੰਪਲੀਟ ਨਹੀਂ ਸਨ ਹੋਏ। ਨੋਟ ਕਰੋ ਬੇਟੇ, ਘਰ ਦਾ ਪਿਆਰ। ਘਰ ਦਾ ਪਿਆਰ ਤੁਹਾਡੀ ਕਿਹੜੀ ਪੁਸਤਕ ਵਿੱਚ ਹੈ? ਸਾਹਿਤ ਮਾਲਾ। ਕਿਸਦਾ ਲਿਖਿਆ ਹੋਇਆ? ਪ੍ਰਿੰਸੀਪਲ, ਪ੍ਰਿੰਸੀਪਲ ਤੇਜਾ ਸਿੰਘ ਦੇ ਪਿਤਾ ਭੁਲਾਕਰ ਸਿੰਘ। ਆਪਾਂ ਕੀਤਾ ਸੀ, ਮਾਤਾ ਦਾ ਨਾਮ ਸੁਰਸਤੀ। ਜਨਮ ਕਦੋਂ ਹੋਇਆ? 1894। ਪਿੰਡ ਕੀ ਸੀ? ਅਡਿਆਲਾ। ਕਿੱਥੇ ਹੈ? ਰਾਵਲਪਿੰਡੀ, ਪਾਕਿਸਤਾਨ, ਜਿੱਥੋਂ ਉਹਨਾਂ ਨੇ ਮੁੱਢਲੀ ਪੜ੍ਹਾਈ ਪ੍ਰਾਪਤ ਕੀਤੀ ਸੀ। ਠੀਕ ਹੈ, ਫਿਰ ਖਾਲਸਾ ਕਾਲਜ ਅੰਮ੍ਰਿਤਸਰ ਤੋਂ MA ਇੰਗਲਿਸ਼ ਕੀਤੀ, ਫਿਰ ਉਹ ਪ੍ਰਿੰਸੀਪਲ ਬਣੇ। ਉਹਨਾਂ ਦੀ ਸਵੈ ਜੀਵਨੀ ਹੈ RC। ਇੱਥੋਂ ਤੱਕ ਆਪਾਂ ਰਿਵਾਈਜ਼ ਕਰ ਲਿਆ ਸੀ। ਫਿਰ ਘਰ ਦਾ ਪਿਆਰ ਕਿਹਨੂੰ ਕਹਿੰਦੇ ਨੇ? ਜਿੱਥੇ ਮਨੁੱਖ ਦੀਆਂ 17 ਇੱਛਾਵਾਂ ਪਲਦੀਆਂ ਨੇ, ਜਿੱਥੇ ਸਾਰੀ ਦੁਨੀਆ ਗਾ ਕੇ ਮੁੜ ਆਉਣ ਨੂੰ ਜੀ ਕਰਦਾ ਹੈ। ਫਿਰ ਇੱਕ ਬਿਰਧ ਬੀਬੀ ਦਾ ਹਵਾਲਾ ਦਿੱਤਾ ਸੀ, ਜਿਹੜੇ ਕਿ ਉੱਦਾਂ ਬਹੁਤ ਨੇਕ ਤੇ ਪਰਉਪਕਾਰ ਦੀ ਦੇਵੀ ਨਹੀਂ, ਪਰ ਸੁਭਾਅ ਖਰਵ ਹੈ, ਕਿਉਂਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ, ਕਿਉਂਕਿ ਜਵਾਨੀ ਵਿੱਚ ਹੀ ਪਤੀ ਸਾਥ ਛੱਡ ਗਿਆ ਤੇ ਝੋਲੀ ਕੀ ਸੀ? ਬੱਚਿਆਂ ਤੋਂ ਖਾਲੀ ਸੀ। ਅੱਗੇ ਦੇਖੋ, ਮਨੁੱਖ ਦਾ ਚਰਿੱਤਰ ਅਸਲ ਵਿੱਚ ਕਿੱਥੇ ਬਣਦਾ ਹੈ? ਘਰ ਵਿੱਚ, ਸਕੂਲ ਵਿੱਚ, ਸੰਗਤ ਵਿੱਚ, ਘਰ ਵਿੱਚ। ਬਿਰਧ ਬੀਬੀ ਕਿਸ ਦੀ ਪੁਤਲੀ ਸਨ? ਸੁਹੱਪਣ ਦੀ, ਗੁੱਸੇ ਦੀ, ਸਿਆਣਪ ਦੀ, ਨੇਕੀ ਤੇ ਉਪਕਾਰ ਦੀ? ਪੁਤਲੀ ਕਾਹਦੀ ਨੇ? ਪੁਤਲੀ ਨੇਕੀ ਤੇ ਪਰਉਪਕਾਰ ਦੀ। ਸੁਭਾਅ ਬਣਿਆ ਹੋਇਆ ਖਰਵਾ। ਪੁਤਲੀ ਮੀਨਸ ਮੂਰਤ ਕਿਹਦੀ ਨੇ? ਉਹ ਨੇਕੀ ਤੇ ਪਰਉਪਕਾਰ ਦੀ, ਉਪਕਾਰ। ਨੈਕਸਟ, ਭਾਈ ਹੋਰਾਂ ਨੇ ਸਾਰੀ ਜ਼ਿੰਦਗੀ ਕਿੱਥੇ ਟਪਾ ਦਿੱਤੀ ਸੀ? ਝਗੜੇ ਕਰਦਿਆਂ, ਕਥਾ ਕਰਦਿਆਂ, ਮੋਟਰਾਂ ਗੱਡੀਆਂ ਚ ਸਫ਼ਰ ਕਰਦਿਆਂ, ਕਿਤਾਬਾਂ ਪੜ੍ਹਦਿਆਂ, ਮੋਟਰ ਗੱਡੀਆਂ ਵਿੱਚ ਸਫ਼ਰ ਕਰਦਿਆਂ ਭਾਈ ਨੇ। ਨੈਕਸਟ, ਘਰ ਦਾ ਪਿਆਰ ਵਿੱਚ ਕਿਹੜੇ ਮਹਾਂਪੁਰਖਾਂ ਦੇ ਨਾਮ ਆਏ ਨੇ? ਧਿਆਨ ਨਾਲ ਆਪਸ਼ਨ ਸੁਣਿਓ। ਮਹਾਤਮਾ ਬੁੱਧ, ਈਸਾ ਮਸੀਹ, ਮਹਾਵੀਰ। ਪਹਿਲੀ ਆਪਸ਼ਨ, ਇਹਦੇ ਵਿੱਚ ਮਹਾਵੀਰ ਦਾ ਨਾਮ ਨਹੀਂ ਆਇਆ, ਠੀਕ ਹੈ, ਇਸ ਕਰਕੇ ਕਰੈਕਸ਼ਨ, ਇਹ ਕਰੈਕਟ ਆਪਸ਼ਨ ਨਹੀਂ ਹੈ। ਸੈਕਿੰਡ ਹੈ ਗੁਰੂ ਨਾਨਕ ਦੇਵ ਜੀ, ਈਸਾ ਮਸੀਹ ਤੇ ਮਹਾਤਮਾ ਬੁੱਧ। ਨਹੀਂ, ਈਸਾ ਮਸੀਹ ਦਾ ਨਾਮ ਨਹੀਂ ਆਇਆ। ਥਰਡ ਆਪਸ਼ਨ ਇਸ ਮਹਾਤਮਾ ਬੁੱਧ, ਹਜ਼ਰਤ ਮੁਹੰਮਦ, ਗੁਰੂ ਨਾਨਕ ਦੇਵ ਜੀ, ਕਰੈਕਟ ਆਪਸ਼ਨ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਹਵਾਲਾ ਆਇਆ ਜਿਹਨਾਂ ਨੇ ਘਰ ਦਾ ਪਿਆਰ ਮਾਨਿਆ। ਹਜ਼ਰਤ ਮੁਹੰਮਦ ਦਾ ਆਇਆ ਜਿਹਨਾਂ ਦੀ ਪਤਨੀ ਖਦੀਜਾ ਉਹਨਾਂ ਦੇ ਦੁੱਖ ਸੁੱਖ ਦੀ ਸਾਥੀ ਬਣੀ ਹੈ।
महात्मा बुद्ध का जिक्र आया, ठीक है। नेक्स्ट है गुरु नानक देव जी, भगत कबीर जी, फरीद जी, ये भी ऑप्शन गलत है। थर्ड ऑप्शन जिदे विच तीन जिक्र, किधर ते कार्लाइल कौन सी? कार्लाइल तो एक विद्वान सी, फिलोसफर, जिन्हों की सी अपने कमरे ची किधे ते विषय ते किधे विषय ते लिखता सी? चुप दे मजमून ते, उन्हें चुप दे मजमून ते बहुत कुछ लिखिया, पर वो प्यार तो की सी सखना, उन्हें अपनी पत्नी नु कदे प्यार नहीं सी किता। खिजू सुभा वाला कौन सी? कार्लाइल। अगे देखो गुरु नानक देव जी का साथी कौन सी? बाला, मरदाना, रत्ना, सदना, भाई मरदाना जी, ठीक है। नेक्स्ट, घर दे प्यार निबंध विच केड़ा मुहावरा आया है? तिलां विच तेल नहीं, कन्न भरने, नौ दो ग्यारह होना, लोहा लाखा होना, नौ दो ग्यारह होना। लैसन पढ़ोगे तो नौ दो ग्यारह होना, ठीक है। ध्यान नाल देखियो कार्लाइल किस विषय उपर सिक्ख्या दित्ती? बोलन दे विषय उपर, मेहनत दे विषय उपर, चुप दे विषय उपर, जां सिमरन दे विषय उपर? इखलाकी शब्द दा की अर्थ है? इखलाक, इखलाकी, महंगा, हंडनसार, सदाचारक, निवेकला। सदाचार, इखलाक का मतलब हुंदा सदाचार, जिहदे ते करैक्टर बनता है, आचरण बनता है, सदाचारक कदरां किदा, मोरल वैल्यूज। सदा है किदा बेटे? निवेकला, नवा, बिल्कुल अनोखा, नरोआ। जिहदी इहदे च मीनिंग दे लो, महंगा मीनस जिहड़ा बहुत कीमती है, हंडनसार जिहदी ड्यूरेबिलिटी है, ठीक है। एदे च की आना? सदाचारक। इखलाक का की अर्थ है? सदाचार। नेक्स्ट क्वेश्चन देखो, जिन्हें भी एक्स्ट्रा क्वेश्चन है मैं एक बार तुम चंगी तरह करा देने हैं, उस तो बाद आप बोली वार्तक लेख करते हाँ। धार्मिक रुचि कितों प्राप्त होंगी है इंसान? अपने वड्डे वडेरिया को, वड्डे वडेरिया को धार्मिक रुचि ग्रहण हुंदी है। नेक्स्ट है, जिहड़े केवल दिन त्योहार ते धार्मिक समागमां विच जांदे हन ओह धार्मिक रुचि वाले हुंदे हन? नहीं, जिहड़े के हमेशा ही अपने घर विच बैठियां भी, ठीक है, घर विच बैठियां भी, भावे दिन त्योहार ते भी गुरुद्वारे मंदिर ना जान, पर घर रब दा नाम जपदे ने, नेक कर्म करदे ने, ओह धार्मिक रुचियां दे मालक ने। नेक्स्ट, बोली वार्तक लेख गुरबख्श सिंह प्रीत लड़ी, बानवा क्वेश्चन नोट करो। गुरबख्श सिंह प्रीत लड़ी का जन्म 26 अप्रैल 1895, प्रिंसिपल तेजा सिंह का कदों होया सी? 1894। गुरबख्श सिंह प्रीत लड़ी का 1895 किसा लिखा हुआ लेख है? गुरबख्श सिंह प्रीत लड़ी, जन्म 1895, 94 विच होया सी प्रिंसिपल तेजा सिंह। हुण नाल नाल ओह भी क्वेश्चन रिवाइज करोगे तुहानूं फर्क पता लग जाएगा कि जन्म कदों, कित्थे, किस्सा होया। अगे है, जन्म कित्थे होया इन्हां दा? पाकिस्तान सियालकोट। उन्हां दा कित्थे होया सी? अडियाला, रावलपिंडी, सियालकोट, जो कि अजकल पाकिस्तान च। पिता का नाम पिशोरा सिंह, पिता का नाम पिशोरा सिंह। अगे है, मुढ़ली पढ़ाई अपने पिंड तो ही प्राप्त की, फिर कलर्क लगे, कलर्क की नौकरी छड़ के रुड़की तो इंजीनियरिंग की डिग्री हासिल की। नोट करो, रुड़की तो, रुड़की जगह का नाम है, स्ट्रीट रुड़की कला। नेक्स्ट है, कुछ समा फौज विच नौकरी की, फिर उचेरी विद्या दे लई, इंजीनियरिंग की उचेरी विद्या लई अमरीका चले गए, फिर उस तो वापस आके रेलवे च भी नौकरी की। 1931 विच, नोट करो, 1931 विच नौकरी छड़ के खेतीबाड़ी करन लगे। देखो कित्थे कित्थे पापड़ वेले ने, कित्थे कित्थे घूम के फिर आके अमरीका दी सैर करन तो बाद भी आके की कीती? खेतीबाड़ी। मीनस अपनी जन्म भूमि नहीं छड़ी, अपना मां, अपनी धरती नाल प्यार नहीं छड़िया, और जेड़ा
ਜਿਹੜਾ ਇਨਸਾਨ ਇੰਨਾ ਉਚੇਰੀ ਵਿਦਿਆ ਹਾਸਲ ਕਰ ਲਏ ਉਹਦੇ ਵਿੱਚ ਤਾਂ ਵੈਸੇ ਹੀ ਕਈ ਵਾਰੀ ਭਾਵਨਾ ਇਦਾਂ ਦੀ ਆ ਜਾਂਦੀ ਕਿ ਮੈਂ ਹੁਣ ਖੇਤੀਬਾੜੀ ਨਹੀਂ ਕਰਨਾ। ਪਰ ਇਹ ਸੰਸਕਾਰ ਹੁੰਦੇ ਨੇ, ਇਹ ਸਾਡੇ ਉਸ ਸਮੇਂ ਦੇ ਜਿਹੜੇ ਕਿ ਸਾਦਗੀ ਰਹਿੰਦੇ ਸਨ, ਸਾਦਗੀ ਵਿੱਚ ਸਾਦਾ ਮੁਰਾਦਾ ਜੀਵਨ ਕਰਦੇ ਬਤੀਤ ਕਰਦੇ ਤੇ ਉੱਚੇ ਵਿਚਾਰ ਜਿਵੇਂ ਕਹਿੰਦੇ ਨਾ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ। ਖੇਤੀਬਾੜੀ ਵੀ ਕੀਤੀ, 1933 ਵਿੱਚ ਮਾਸਿਕ ਪੱਤਰ ਕੱਢਿਆ ਪ੍ਰੀਤ ਲੜੀ, ਇਸੇ ਕਰਕੇ ਉਹਨਾਂ ਦੇ ਨਾਂ ਨਾਲ ਕੀ ਜੁੜ ਗਿਆ, ਪ੍ਰੀਤ ਲੜੀ। ਮਾਸਿਕ ਪੱਤਰ ਕੱਢਿਆ, ਪੱਤਰਿਕਾ ਹੁੰਦੀ ਨਾ ਇੱਕ ਜਿਹੜੀ ਮਹੀਨੇ ਬਾਅਦ ਨਿਕਲਦੀ ਹੈ ਮਾਸਿਕ, ਉਸ ਪਿੱਛੋਂ ਪ੍ਰੀਤ ਨਗਰ ਵਸਾਇਆ ਤੇ ਪ੍ਰੀਤ ਲੜੀ ਜਿਹੜਾ ਮਾਸਿਕ ਪੱਤਰ ਕੱਢਿਆ ਉਹ ਆਖਰੀ ਸਵਾਸਾਂ ਤੱਕ ਉਹ ਪ੍ਰੀਤ ਲੜੀ ਮਾਸਿਕ ਪੱਤਰ ਵਿੱਚ ਆਪਣੇ ਵਿਚਾਰ ਦਿੰਦੇ ਰਹੇ ਆ। ਕਿਹੜੇ ਵਿਚਾਰ? ਜੀਵਨ ਜਾਂਚ ਵਾਲੇ, ਸਦਾਚਾਰਕ ਕਦਰਾਂ ਕੀਮਤਾਂ ਵਾਲੇ ਵਿਚਾਰ ਦਿੰਦੇ ਰਹੇ ਆ। ਬੇਟੇ ਕਿੰਨੀ ਘੱਟ ਸਟਰੈਂਥ ਹੈ ਨਾ, ਬੱਚੇ ਰਿਵੀਜ਼ਨ ਡੇਜ਼ ਦੇਖੋ ਅਟੈਂਡੈਂਸ ਹੀ ਨਹੀਂ ਹੈ। ਨੈਕਸਟ ਹੈ ਬੇਟੇ ਉਹਨਾਂ ਦੀਆਂ ਰਚਨਾਵਾਂ, ਅਨੋਖੇ ਤੇ ਇਕੱਲੇ, ਪ੍ਰੀਤਾਂ ਦਾ ਪਹਿਰੇਦਾਰ, ਨੋਟ ਕਰੋ ਪੁਸਤਕਾਂ, ਪ੍ਰੀਤਾਂ ਦਾ ਪਹਿਰੇਦਾਰ, ਅਨੋਖੇ ਤੇ ਇਕੱਲੇ, ਸਾਵੀਂ ਪੱਧਰੀ ਜ਼ਿੰਦਗੀ, ਜ਼ਿੰਦਗੀ ਦੀ ਰਾਸ, ਮੇਰੀਆਂ ਭੁੱਲ ਯਾਦਾਂ। ਉਹਨਾਂ ਨੇ ਵਿਸ਼ਾ ਕੀ ਚੁਣਿਆ ਸੀ? ਵਹਿਮਾਂ ਭਰਮਾਂ ਨੂੰ ਤੇ ਹੋਰ ਬੁਰਾਈਆਂ ਨੂੰ ਆਪਣੀ ਲੇਖਣੀ ਦੁਆਰਾ ਪੇਸ਼ ਕੀਤਾ, ਸਮਾਜਿਕ ਬੁਰਾਈਆਂ ਨੂੰ। ਉਹਨਾਂ ਨੇ ਲੋਕਾਂ ਨੂੰ ਅਜਿਹੀਆਂ ਸਮਾਜਿਕ ਬੁਰਾਈਆਂ ਦਾ ਜ਼ਿਕਰ ਕਰਦੇ ਹੋ ਕਿਉਂ ਜੀ ਜ਼ਿੰਦਗੀ ਜਿਉਣ ਲਈ ਪ੍ਰੇਰਿਆ? ਸਾਦੀ ਜ਼ਿੰਦਗੀ, ਸਾਵੀਂ ਜ਼ਿੰਦਗੀ, ਸਾਫ਼ ਸੁਥਰੀ ਜ਼ਿੰਦਗੀ। ਸਾਫ਼ ਸੁਥਰੀ ਜ਼ਿੰਦਗੀ ਕਿਹੜੀ ਹੋਏਗੀ? ਉੱਚੀ ਸੁੱਚੀ ਜ਼ਿੰਦਗੀ, ਜਿਹੜੀ ਕਿ ਵੱਲ ਫਰੇਵੇ ਤੋਂ ਭਰੇ ਹੋਵੇ, ਜਿਹਦੇ ਚ ਵੱਲ ਛਲ ਨਾ ਹੋਏ, ਧੋਖਾ ਫਰੇਬ ਨਾ ਹੋਏ, ਜਿਹਦੇ ਚ ਵਿਖਾਵਾ ਨਾ ਹੋਏ, ਜਿਹਦੇ ਚ ਪਿਆਰ, ਸਾਂਝ, ਭਾਈਚਾਰਾ, ਜਿਹਦੇ ਚ ਬੋਲਾਂ ਤੇ ਆਪਣੇ ਤੇ ਕਾਬੂ ਹੋਏ। ਤਾਂ ਹੀ ਤਾਂ ਬੋਲੀ ਵਾਰਤਕ ਲੇਖ ਲਿਖਿਆ ਕਿ ਜਿਹੜੇ ਲਫ਼ਜ਼ਾਂ ਦੇ ਨਾਲ ਅਸੀਂ ਜ਼ਿੰਦਗੀ ਦੀ ਮੰਡੀ ਚ ਚੱਲਦੇ ਹਾਂ, ਕਿਹੜੇ ਸਿੱਕੇ ਤੇ ਨੋਟ ਚਲਾਉਂਦੇ ਹਾਂ ਲਫ਼ਜ਼ਾਂ ਦੇ। ਹੁਣ ਧਿਆਨ ਨਾਲ ਚੈਪਟਰ ਦੇਖੋ, ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ। ਮੂੰਹ ਕਿਹਦਾ ਚਿੱਤਰ ਹੈ? ਇਹ ਸਰੀਰ ਤੋਂ ਕੀ ਪਹਿਚਾਣਿਆ ਜਾਂਦਾ ਹੈ? ਮਨੁੱਖ ਦਾ ਸੁਹੱਪਣ ਤੇ ਕੁਰੂਪਤਾ, ਪਹੁੰਚ। ਨੋਟ ਕਰੋ, ਮਨੁੱਖ ਦੇ ਸਰੀਰ ਤੋਂ ਕੀ ਪਹਿਚਾਣਿਆ ਜਾਂਦਾ? ਸੁਹੱਪਣ ਤੇ ਕੋਜ। ਕੋਜ ਮੀਨਸ ਕੁਰੂਪਤਾ, ਕਿ ਕਿਹੋ ਜਿਹਾ ਮਨੁੱਖ ਸੋਹਣੇ ਪਨ ਦਾ ਮਾਲਕ ਹੈ ਜਾਂ ਕੁਰੂਪਤਾ। ਤੇ ਬੋਲੀ ਕਿਸਦਾ ਚਿੱਤਰ ਹੈ? ਆਤਮਾ ਦਾ, ਦਿਲ ਦਾ ਨਹੀਂ, ਆਤਮਾ ਦਾ ਚਿੱਤਰ ਹੈ। ਬੋਲੀ ਕਿਸਦਾ ਚਿੱਤਰ ਹੈ? ਆਤਮਾ ਦਾ। ਤੇ ਜਿੱਥੋਂ ਕੀ ਪਤਾ ਚੱਲਦਾ ਆਤਮਾ ਘਟਿਆ ਹੈ ਜਾਂ ਵਧੀਆ? ਕਿੱਥੋਂ ਪਤਾ ਚੱਲੇਗੀ? ਬੋਲ ਬਾਣੀ ਤੋਂ ਮਨੁੱਖ ਦੀ ਸ਼ਖਸੀਅਤ ਨਿਖਰ ਕੇ ਸਾਹਮਣੇ ਆਉਂਦੀ ਹੈ। ਇਨਸਾਨ ਆਪਣੀ ਬੋਲ ਬਾਣੀ ਤੋਂ ਪਛਾਣਿਆ ਜਾਂਦਾ ਹੈ, ਇਨਸਾਨ ਆਪਣੀ ਸੁਹੱਪਣ ਤੋਂ ਪਛਾਣਿਆ ਜਾਂਦਾ। ਇਹ ਸੋਹਣਾਪਣ ਤਾਂ ਥੋੜਾ ਚਿਰਾ ਹੈ। ਦੇਖੋ ਬਚਪਨ ਗਿਆ, ਜਵਾਨੀ ਆਈ, ਜਵਾਨੀ ਢਲ ਗਈ, ਬੁਢੇਪਾ ਗਿਆ, ਇਹ ਸੁਹੱਪਣ ਸਾਰੇ ਹਮੇਸ਼ਾ ਰਹਿਣਾ? ਬੋਲ ਬਾਣੀ ਹਮੇਸ਼ਾ ਬੰਦੇ ਦੀ ਯਾਦ ਰਹਿੰਦੀ ਹੈ। ਜਦੋਂ ਇਨਸਾਨ ਇਸ ਦੁਨੀਆਂ ਤੋਂ ਜਾਂਦਾ ਤਾਂ ਉਹਦੀ ਬੋਲ ਬਾਣੀ ਨੂੰ ਲੋਕ ਯਾਦ ਕਰਦੇ ਨੇ ਕਿ ਉਹ ਲੋਕਾਂ ਨਾਲ ਉਹਦਾ ਵਿਵਹਾਰ ਕਿਹੋ ਜਿਹਾ ਸੀ, ਕਿੰਨਾ ਮਿੱਠਾ ਬੋਲਦਾ ਸੀ, ਕਦੇ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਸੀ ਕਰਦਾ। ਹੁਣ ਬਹੁਤ ਸਾਰੇ ਪ੍ਰਸੰਗ ਦਿੱਤੇ ਨੇ ਇਹਦੇ ਵਿੱਚ, ਧਿਆਨ ਨਾਲ ਦੇਖਿਓ। ਮਨੁੱਖ ਦਾ ਚਿਹਰਾ ਉਸੇ ਸਰੀਰ ਦੀ ਤਸਵੀਰ ਹੁੰਦਾ ਹੈ। ਮਨੁੱਖ ਦਾ ਚਿਹਰਾ ਕਿਸ ਦੀ ਤਸਵੀਰ ਹੈ? ਸਰੀਰ ਦੀ। ਸਰੀਰ ਦੀ ਸੁੰਦਰਤਾ ਤੇ ਬਦਸੂਰਤੀ ਪਛਾਣਨ ਦੇ ਲਈ ਮਨੁੱਖ ਦਾ ਸਰੀਰ ਬਣਿਆ ਹੈ। ਹੁਣ ਪਹਿਲਾਂ ਆਪਾਂ ਸੁਹੱਪਣ ਤੇ ਕੋਜ ਕੀਤਾ, ਫਿਰ ਕੀ ਆ ਗਿਆ? ਸੁੰਦਰਤਾ ਤੇ ਬਦਸੂਰਤੀ। ਦੇਖੋ ਵਰਡਸ ਇੱਦਾਂ ਵੀ ਆ ਸਕਦੇ ਨੇ। ਤੇ ਬੋਲੀ ਕੀ? ਮਨੁੱਖ ਦੀ ਆਤਮਾ ਦੀ ਤਸਵੀਰ ਹੈ। ਉੱਥੇ ਚਿੱਤਰ ਆਇਆ ਸੀ, ਹੁਣ ਕੀ ਆ ਗਿਆ? ਤਸਵੀਰ। ਤੇ ਜਿਹੜਾ ਚੁੱਪ ਮਨੁੱਖ ਹੈ, ਬਿਲਕੁਲ ਨਹੀਂ ਬੋਲਦਾ, ਕਿਉਂ ਜਾ ਹੈ? ਖੁੱਲੇ ਦਰਵਾਜ਼ਿਆਂ ਵਰਗਾ, ਬੂਹੇ ਬੰਦ ਮਕਾਨ ਵਰਗਾ, ਬੂਹੇ ਬੰਦ ਮਕਾਨ ਵਰਗਾ। ਵਨ ਮਾ ਕੁਸ਼ਚਨ ਨੋਟ ਕਰੋ, ਕਿਹੜਾ ਵਿਅਕਤੀ ਬੂਹੇ ਬੰਦ ਮਕਾਨ ਵਰਗਾ ਹੈ? ਬਹੁਤਾ ਬੋਲਣ ਵਾਲਾ, ਗੱਲਾਂ ਕਰਨ ਵਾਲਾ, ਚੁੱਪ ਰਹਿਣ ਵਾਲਾ? ਚੁੱਪ ਰਹਿਣ ਵਾਲਾ, ਨੋਟ ਕਰੋ ਬੇਟੇ ਕੁਸ਼ਚਨ, ਚੁੱਪ ਰਹਿਣ ਵਾਲਾ ਵਿਅਕਤੀ ਬੂਹੇ ਬੰਦ ਮਕਾਨ ਵਰਗਾ ਹੈ। ਨੈਕਸਟ, ਅੰਨੇ ਲੋਕ ਕਿਹੋ ਜਿਹੇ ਹੁੰਦੇ ਹਨ? ਬਹੁਤ ਹੀ ਸਿਆਣੇ ਤੇ ਦਿਲਚਸਪ ਹੁੰਦੇ ਹਨ। ਇਹ ਲੇਖਕ ਦੇ ਅਨੁਸਾਰ ਹੈ। ਸਿਆਣੇ ਤੇ ਦਿਲਚਸਪ ਲੋਕ ਕਿਹੜੇ ਹੁੰਦੇ ਨੇ ਬੇਟੇ? ਅੰਨੇ ਲੋਕ ਹੁੰਦੇ ਨੇ। ਗੁੰਗਾ ਤਾਂ ਕੋਈ ਵਿਰਲਾ ਹੀ ਹੋਏਗਾ ਜਿਹੜਾ ਦਿਲਚਸਪੀ ਜਗਾਉਂਦਾ। ਗੁੰਗਾ ਵਿਚਾਰਾ ਜਿਹੜਾ
बोल ही नहीं सकता, वह की दिलचस्पी दिखाएगा। जड़े अन्ने होंगे ने वह अखा भावे ना हो पर वह अपनी बोलबाणी राही आले दुआले का मन परचावा कर सकते हैं। ठीक है, सियाने भी होंगे ने ते दिलचस्प भी होंगे ने। जिसके अंदर बहुत कुछ है वो क्यों जा व्यक्ति होंदा, जिसके अंदर बहुत कुछ है, बोली का भंडारा है जिहड़ा कि बहुत सोहना बोलता, क्यों जा फुल्लां लद्दे बगीचे की महक वर्गा, महक वर्गा फुल्लां लद्दिया बगीचा है पर महक नहीं है, उहदा कोई फायदा नहीं। एहो जे फुल्लां लद्दे बगीचे वर्गा है जिहदी महक आले दुआले नूं महकाउंदी है। नेक्स्ट, बोली का खजाना असीं कित्थों जोड़ना शुरू कर दिंदे आ अपने बचपन विच, कित्थों चुगिरदे विच्चों। नोट करो, बोली का खजाना कित्थों जुड़ना शुरू हुंदा है, चुगिरदे विच्चों। बचपन विच मन ते चित्रे हुए लफज की भुल जांदे हन, कदे नहीं भुलदे। जां क्वेश्चन है किहड़े लफज नहीं भुलदे जिहड़े बचपन विच असीं अपने मन दे उपर चित्र लैंदे हाँ। चित्र दा मतलब उकर लैंदे हाँ, उकर लैणा भी आ सकदा है। ठीक है, जिहड़े छप जांदे हन, एक मोर हैं जिहड़े लफज हन, मोर हन जिन्हां नूं असीं सिक्कियां दी तरह अपनी जिंदगी दी मंडी विच चलांदे हाँ। बोली दा खजाना सानूं बचपन विच ही आले दुआले तो प्राप्त होना शुरू हो जांदा है। बच्चियां लई, बच्चियां लई जिंदगी विच अहम भूमिका कौन निभांदे ने? वड्डे, घर दे वड्डे वडेरे, बजुर्ग, दादा दादी होण, माता पिता होण। जिहड़े बच्चियां दी जिंदगी वल, दुनिया वल ध्यान नहीं दिंदे, की सोचदे ने कि जिकर पलदे ने पली जाण, उहनां दी जिंदगी अगे जाके की बन जांदी है? कंगाल हुंदे ने उहनां दी जिंदगी विच, उहनां दी दुनिया दिनो दिन कंगाल हुंदी जांदी है। किहनां दी जिंदगी कंगाल हुंदी है? जिहड़े बच्चियां दी दुनिया विच ध्यान नहीं दिंदे, बच्चियां दी देखभाल वल ध्यान नहीं दिंदे। नेक्स्ट, साडी बोली की है? मां बोली पंजाबी। केड़े लोग बेभागे हन, केड़े शख्स बेभागे हन जिन्होंने अपनी बचपन की बोली छड़ के एक वक्री बोली पछाण ली है। क्लियर? पर जेड़े सिर्फ बचपन की बोली की मोहर ला के अपनी अंदर की दौलत नूं समझदे ने ते उन्हां सिक्कियां दे नाल जिंदगी दी मंडी विच चलदे ने, वो सब तो ही भागे भाग भाग वाले किस्मत वाले लोग हन। ठीक है, समझ आ गई बेटे? जिंदगी दी असली दौलत की है? साडी अकल, अकल साडी सोना है, जिंदगी दी दौलत है। नेक्स्ट, तजर्बा इस दौलत दा खजाना है। जिंदगी दी दौलत साडी की है? अकल। ते तजर्बा इसका की है? खजाना। ते शब्द इससे की हन? सिक्के ते नोट। ए नोट कर लो, सिक्के किसे नोट हन? सिक्के ते नोट किसे हन? तजर्बे दे। तजर्बा की है? खजाना। ठीक है बेटे, ये तुसी चैप्टर अच्छी तरह रीड कर लेना। लिसन, अज दा होमवर्क है बोली चैप्टर ते घर दा प्यार चैप्टर थोरली रीड करनी है, और मंडे नूं आपां मुहावरे रिवाइज करांगे। बेटे थैंक यू सो मच।